ਸ਼੍ਰੀਕਾਲ ਜੀ ਮੇਰਾ ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਇਸ ਚੈਨਲ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗ ਰਹੀਆਂ ਨੇ ਅੱਜ ਮੈਂ ਤੁਹਾਡੇ ਸਾਹਮਣੇ ਦੋ ਫੁੱਲ ਸੂਟ ਲੈ ਕੇ ਆਈ ਹਾਂ ਦੋ ਸ਼ਰਟਸ ਲੈ ਕੇ ਆਈ ਹਾਂ ਜਿਹੜੇ ਦੋ ਫੁੱਲ ਸੂਟ ਨੇ ਨਾ ਇੱਕ ਦੇ ਵਿੱਚ ਤਾਂ ਅਸੀਂ ਜਸਟ ਸਟਿਚਿੰਗ ਦੇ ਵਿੱਚ ਡਿਜ਼ਾਈਨ ਹੀ ਕੀਤਾ ਹੋਇਆ ਤੇ ਦੁਪੱਟੇ ਨੂੰ ਅਸੀਂ ਥੋੜਾ ਜਿਹਾ ਜਿੱਦਾਂ ਦਾ ਉਹਨਾਂ ਨੇ ਡਿਜ਼ਾਈਨ ਕਿਹਾ ਸੀ ਨਾ ਅਸੀਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਮੈਂ ਤੁਹਾਨੂੰ ਅੱਜ ਉਹ ਦੋਨੋਂ ਸੂਟਸ ਦਿਖਾਉਂਗੀ ਤੇ ਬਾਕੀ ਜਿਹੜੀਆਂ ਸ਼ਰਟਾਂ ਨੇ ਅਸੀਂ ਲਖਨਾਵੀ ਦੇ ਉੱਤੇ ਨਾ ਥੋੜਾ ਜਿਹਾ ਵਰਕ ਕੀਤਾ ਹੈ ਮੀਨ ਜਿਵੇਂ ਆਪਾਂ ਨੈਕ ਤੇ ਕਿਉਂਕਿ ਇੱਕ ਨਾਰਮਲ ਲਖਨਾਵੀ ਸੂਟ ਆਪਾਂ ਪਾ ਲੈਂਦੇ ਆ ਜਿਵੇਂ ਵੈਸੇ ਆਪਾਂ ਸ਼ਾਪਸ ਤੋਂ ਲੈ ਕੇ ਬਾਏ ਕਰਕੇ ਹਨਾ ਉਹ ਕਰ ਲੈਂਦੇ ਆ ਬਟ ਹੁਣ ਅਸੀਂ ਥੋੜਾ ਜਿਹਾ ਉਹਦਾ ਨੈਕ ਡਿਜ਼ਾਈਨ ਕੀਤਾ ਆ ਵੀ ਨੈਕ ਦੇ ਉੱਤੇ ਥੋੜਾ ਜਿਹਾ ਹੈਂਡ ਵਰਕ ਕਰਕੇ ਵੀ ਆਪਾਂ ਕੁਝ ਡਿਫਰੈਂਟ ਕਰਨਾ ਚਾਹਵੇ ਤੇ ਉਹਦੇ ਨਾਲ ਤੁਸੀਂ ਨਾ ਜਿਹੜੀ ਪਲੇਨ ਜਾਰਜਟ ਆਉਂਦੀ ਆ ਉਹਨੂੰ ਡਾਈ ਕਰਵਾ ਸਕਦੇ ਹੋ ਸੀ ਗ੍ਰੀਨ ਜਾਂ ਆ ਗਰਮੀਆਂ ਦੇ ਵਿੱਚ ਆਰਾਮ ਨਾਲ ਪੈ ਸਕਦਾ ਜੀ ਉਹ ਤੇ ਦੂਸਰਾ ਜਿਹੜਾ ਆ ਸ਼ਰਟ ਬਣਾਈ ਅਸੀਂ ਉਹ ਫਿਰੋਜ਼ੀ ਕਲਰ ਤੇ ਬਣਾਈ ਆ ਪਹਿਲਾਂ ਸੀ ਉਹ ਪੈਚ ਦੇ ਨਾਲ ਬਣਾਈ ਸੀ ਹੁਣ ਅਸੀਂ ਉਹਦੇ ਉੱਚੋਂ ਪੈਚ ਆ ਜਿਹੜਾ ਉਹ ਲਾਈਕ ਸਕਿਪ ਕਰ ਦਿੱਤਾ ਬਿਨਾ ਪੈਚ ਤੋਂ ਸ਼ਰਟ ਬਣਾਈ ਆ ਉਹ ਵੀ ਤੁਸੀਂ ਐਜ਼ ਇਟ ਇਜ਼ ਜੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਵੇਂ ਹੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਸ਼ਰਟ ਹੀ ਦਿਖਾਉਂਦੀ ਆ ਆ ਦੇਖੋ ਸੀ ਗ੍ਰੀਨ ਕਲਰ ਆ ਲਖਨਾਵੀ ਦਾ ਇਹ ਅਸੀਂ ਆਪ ਨੇ ਡਿਜ਼ਾਈਨ ਕੀਤਾ ਜੀ ਮੈਂ ਤੁਹਾਨੂੰ ਐਵੇਂ ਕਹਿਦਾ ਵੀ ਮੈਂ ਖੁਦ ਡਿਜ਼ਾਈਨ ਕੀਤਾ ਇਹ ਅਸੀਂ ਨਹੀਂ ਬਣਾਇਆ ਇੱਕ ਮੇਰੀ ਸਭ ਤੋਂ ਪਹਿਲਾਂ ਇੱਕ ਵੀਡੀਓ ਆਈ ਸੀ ਉਹਦੇ ਵਿੱਚ ਜਿਹੜਾ ਇੱਕ ਲਖਨਾਵੀ ਸੀਗਾ ਨਾ ਉਹ ਅਸੀਂ ਖੁਦ ਬਣਾਇਆ ਸੀ ਪਰ ਉਹਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਸ ਕਰਕੇ ਮੈਨੂੰ ਨਾ ਇਹ ਕਲਰ ਥੋੜਾ ਜਿਹਾ ਜ਼ਿਆਦਾ ਸੋਹਣਾ ਲੱਗਿਆ ਤਾਂ ਮੈਂ ਇਸ ਕਲਰ ਨੂੰ ਪਿਕ ਕਰ ਲਿਆ ਇਹ ਓਨਲੀ ਸ਼ਰਟ ਦਾ ਪੀਸ ਆ ਇੱਕ ਤਾਂ ਇਹ ਜੀ ਇਹਦੇ ਨਾਲ ਜੇ ਆਪਾਂ ਫੁੱਲ ਸੂਟ ਲਖਨਾਵੀ ਬਣਾਉਣੇ ਹੋ ਇੰਨਾ ਸੋਹਣਾ ਨਹੀਂ ਲੱਗਦਾ ਜੇ ਤੁਸੀਂ ਇਹਦੇ ਨਾਲ ਸੀ ਗ੍ਰੀਨ ਕਲਰ ਦਾ ਮੀਨਸ ਪਲਾਜ਼ੋ ਜਾਂ ਕੁਝ ਵੀ ਬਣਾਉਣਾ ਚਾਹੁੰਦੇ ਹੋ ਬਣ ਸਕਦਾ ਬਾਕੀ ਅੱਜ ਕੱਲ ਨਾ ਆਪਣੇ ਕੋਲ ਲੈਸਸ ਵੀ ਇਦਾਂ ਦੀਆਂ ਆਉਂਦੀਆਂ ਜਿਵੇਂ ਲਖਨਾਵੀ ਦਾ ਵਰਕ ਹੋਇਆ ਹੋਇਆ ਨਾ ਇਦਾਂ ਦੀ ਲੈਸ ਆਉਂਦੀ ਹੈ ਜੇ ਨਾ ਵੀ ਮਿਲੇ ਤਾਂ ਆਪਾਂ ਵਾਈਟ ਲੈ ਕੇ ਡਾਈ ਕਰਵਾ ਕੇ ਨਾ ਜਿਵੇਂ ਉਹ ਪੱਲਾ ਪੱਲਾ ਆ ਰਿਹਾ ਨੀਚੇ ਜਾਂ ਇੰਨਾ ਇੰਨਾ ਚੁੰਨੀ ਦੇ ਆਸੇ-ਪਾਸੇ ਲਗਵਾ ਸਕਦੇ ਹੋ ਜਾਰਜਟ ਦਾ ਬਣਾ ਕੇ ਆ ਦੇਖੋ ਅਸੀਂ ਬਰੀਕ ਜਾਂ ਮੀਨਸ ਲਾਈਟ ਜਾਂ ਨੈਕ ਤੇ ਵਰਕ ਕੀਤਾ ਕੁਝ ਇੱਕ ਡਿਫਰੈਂਟ ਲੁੱਕ ਦੇਣ ਵਾਸਤੇ ਰਾਦਰ ਦੈਨ ਕਿ ਅਸੀਂ ਆਪਾਂ ਇਦਾਂ ਹੀ ਸ਼ਾਪ ਤੋਂ ਬਾਏ ਕਰੀਏ ਤੇ ਇਦਾਂ ਹੀ ਬਣਾ ਲਈਏ ਇਸ ਕਰਕੇ ਅਸੀਂ ਇਹਨੂੰ ਥੋੜਾ ਜਿਹਾ ਮੀਨਸ ਥੋੜਾ ਜਿਹਾ ਦੇਖੋ ਲਿਟਲ ਜਿਹਾ ਵਰਕ ਕਰਕੇ ਇਹਨੂੰ ਥੋੜਾ ਜਿਹਾ ਡਿਜ਼ਾਈਨ ਕਰ ਦਿੱਤਾ ਬਾਕੀ ਇਦਾਂ ਜੀ ਥੋੜਾ ਬਹੁਤ ਜਿਵੇਂ ਆਪਾਂ ਮਸ਼ੀਨ ਦੇ ਨਾਲ ਵੀ ਆਪਾਂ ਵਰਕ ਕਰ ਸਕਦੇ ਆ ਜਿਵੇਂ ਇੱਥੇ ਫਲਾਰ ਕਰਵਾ ਲਿਆ ਜਾਂ ਕਾਰਨਰ ਤੇ ਫਲਾਰ ਕਰਵਾ ਰਿਹਾ ਪਰ ਅਸੀਂ ਇਹਦਾ ਨੈਕ ਤਾਂ ਬਣਾਇਆ ਕਿ ਨੈਕ ਥੋੜਾ ਜਿਹਾ ਸੋਹਣਾ ਲੱਗਦਾ ਇੱਕ ਤਾਂ ਡਿਫਰੈਂਟ ਜਿਹਾ ਹੋ ਜਾਂਦਾ ਆ ਇੱਕ ਆਪਾਂ ਨੂੰ ਥੋੜਾ ਜਿਹਾ ਇਦਾਂ ਬੁਟੀਕ ਸਟਾਈਲ ਬਣ ਜਾਂਦਾ ਬਾਕੀ ਜਦੋਂ ਇਹਦਾ ਦੁਪੱਟਾ ਵਗੈਰਾ ਡਿਜ਼ਾਈਨ ਕਰਵਾ ਲਓਗੇ ਤੁਸੀਂ ਹਨਾ ਸੇਮ ਲੈ ਕੇ ਜਾਰਜਟ ਦਾ ਤੇ ਉਹਦੇ ਆਸੇ-ਪਾਸੇ ਇਦਾਂ ਦੀ ਲੈਸ ਵਗੈਰਾ ਲਗਵਾ ਕੇ ਤੇ ਜਾਂ ਸਲਵਾਰ ਦੇ ਉੱਤੇ ਸਿਰਫ ਇੰਨਾ ਕੁ ਪੱਟੀ ਤਰਵਾ ਕੇ ਜਾਂ ਪਲਾਜ਼ੋ ਦੇ ਉੱਤੇ ਜਾਂ ਉਹਨੂੰ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਲਓ ਤਾਂ ਇਹਨੂੰ ਇੱਕ ਤਰ੍ਹਾਂ ਦਾ ਤੁਸੀਂ ਬੁਟੀਕ ਸਟਾਈਲ ਬਣਾ ਸਕਦੇ ਹੋ ਕਿਉਂਕਿ ਇਦਾਂ ਨਾ ਲਖਨਾਵੀ ਦੇ ਜਿਹੜੇ ਆਪਾਂ ਲੈਂਦੇ ਆ ਵੈਸੇ ਹੀ ਲੈ ਕੇ ਬਾਏ ਕਰਕੇ ਹਨਾ ਆਪਾਂ ਬਣਾ ਲੈਂਦੇ ਆ ਜਿਵੇਂ ਦਾ ਹੁੰਦਾ ਬਸ ਉਵੇਂ ਹੀ ਬਣਾ ਲੈਂਦੇ ਆ ਤਾਂ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਇਹਦੇ ਵਿੱਚ ਤੁਸੀਂ ਇੱਕ ਲੈਸਸ ਵੀ ਐਡ ਕਰਵਾ ਸਕਦੇ ਹੋ ਜਿਵੇਂ ਗੋਲਡਨ ਟੱਚ ਦੇ ਰਿਹਾ ਦੇਖੋ ਅਸੀਂ ਤਾਂ ਹੀ ਗੋਲਡਨ ਵਰਕ ਕੀਤਾ ਤਾਂ ਗੋਲਡਨ ਟੱਚ ਦੇ ਰਿਹਾ ਤਾਂ ਤੁਸੀਂ ਇਹਦੇ ਵਿੱਚ ਲੈਸਸ ਵੀ ਐਡ ਕਰਵਾ ਸਕਦੇ ਹੋ ਬੈਕ ਤੇ ਕਰਵਾ ਸਕਦੇ ਹੋ ਫਰੰਟ ਤੇ ਕਰਵਾ ਸਕਦੇ ਹੋ ਆਪਣੀ ਬਾਜੂ ਤੇ ਕਰਵਾ ਸਕਦੇ ਹੋ ਜਿਵੇਂ ਮਰਜ਼ੀ ਇਹਨੂੰ ਤੁਸੀਂ ਕਰਵਾ ਸਕਦੇ ਹੋ ਤੇ ਸ਼ਰਟ ਦਾ ਜਿਹੜਾ ਪੀਸ ਆ ਸਾਡੇ ਕੋਲ ਅਵੇਲੇਬਲ ਆ ਪਲੀਜ਼ ਤੁਸੀਂ ਇਹਦਾ ਸਕਰੀਨਸ਼ਾਟ ਕਰਕੇ ਇੱਕ ਤਾਂ ਇਹਦਾ ਪ੍ਰਾਈਸ ਜਾਣ ਸਕਦੇ ਹੋ ਇੱਕ ਤੁਸੀਂ ਐਜ਼ ਇਟ ਇਜ਼ ਹੁਣ ਸਾਡੇ ਕੋਲ ਇਹ ਕਲਰ ਤਾਂ ਨਹੀਂ ਹੈਗਾ ਅਸੀਂ ਵਾਈਟ ਲੈ ਕੇ ਡਾਈ ਕਰਵਾ ਕੇ ਤੁਹਾਨੂੰ ਦੇ ਸਕਦੇ ਆ ਇਹ ਸਿੰਗਲ ਪੀਸ ਹੀ ਸਾਡੇ ਕੋਲ ਅਵੇਲੇਬਲ ਆ ਤੇ ਤੁਸੀਂ ਇਦਾਂ ਹੀ ਇਹਨੂੰ ਬਾਏ ਕਰ ਸਕਦੇ ਹੋ ਨੈਕਸਟ ਸੂਟ ਹੈ ਜਿਹੜਾ ਨੈਕਸਟ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਅਸੀਂ ਸਟਿਚਿੰਗ ਦੇ ਵਿੱਚ ਡਿਜ਼ਾਈਨ ਕੀਤਾ ਆ ਮੈਂ ਤੁਹਾਨੂੰ ਉਹ ਦਿਖਾਉਂਦੀ ਆ ਐਕਚੁਅਲੀ ਨਾ ਉਹਨਾਂ ਨੇ ਸਾਨੂੰ ਇਹ ਜਿਹੜਾ ਸਟੱਫ ਆ ਮੀਨਸ ਸ਼ਰਟ ਦਾ ਸਟੱਫ ਭੇਜਿਆ ਸੀ ਤੇ ਸਲਵਾਰ ਦਾ ਅਸੀਂ ਖੁਦ ਡਾਈ ਕਰਵਾਇਆ ਇਹ ਮਸਲੀਨ ਦੇ ਵਿੱਚ ਹੈ ਮਸਲੀਨ ਕਾਟਨ ਜਿਹੜੀ ਹੁੰਦੀ ਆਪਣੀ ਉਹਦੇ ਵਿੱਚ ਆ ਤੇ ਇਹਦੇ ਦੁਪੱਟੇ ਤੇ ਵੀ ਅਸੀਂ ਉਦਾਂ ਹੀ ਲਗਵਾਇਆ ਆ ਆ ਦੇਖੋ ਕਾਰਨਰ ਤੇ ਜਿਵੇਂ ਆਪਾਂ ਕਹਿੰਦੇ ਜ਼ਿਗਜ਼ੈਗ ਵਾਲਾ ਤੇ ਇਹਦੀ ਜਿਹੜਾ ਦੁਪੱਟਾ ਡਾਈ ਹੋਇਆ ਹੋਇਆ ਇਹ ਟਾਈ ਐਂਡ ਡਾਈ ਹੋਇਆ ਹੋਇਆ ਆ ਦੇਖੋ ਜਿਹੜਾ ਸੈਂਟਰ ਇਹਦਾ ਡਾਈ ਹੋਇਆ ਹੋਇਆ ਟਾਈ ਐਂਡ ਡਾਈ ਹੋਇਆ ਹੋਇਆ ਤੇ ਉਹਦੇ ਸੂਟ ਦੇ ਨਾਲ ਦਾ ਕਲਰ ਪਵਾ ਕੇ ਤੇ ਗ੍ਰੀਨ ਜਿਹੜਾ ਉਹਦੇ ਸੂਟ ਦਾ ਕਲਰ ਸੀ ਉਹ ਅਸੀਂ ਇਹਦੇ ਵਿੱਚ ਐਡ ਕਰ ਦਿੱਤਾ ਤੇ ਬਾਕੀ ਜਿਹੜਾ ਸੀਗਾ ਅਸੀਂ ਆ ਇਹਦਾ ਬੇਸ ਰੱਖਿਆ ਆ ਮੀਨ ਜਿਹੜੀ ਅਸੀਂ ਪੱਟੀ ਵਗੈਰਾ ਲਗਾਈ ਹੈ ਬੇਸ ਰੱਖਿਆ ਕਿਉਂਕਿ ਜਿਹੜਾ ਉਹ ਡਿਜ਼ਾਈਨ ਸੀ ਨਾ ਉਹ ਬਿਲਕੁਲ ਐਜ਼ ਇਟ ਇਜ਼ ਜਿਵੇਂ ਇਹ ਹੈਗਾ ਆ ਉਵੇਂ ਦਾ ਹੀ ਬਣਿਆ ਹੋਇਆ ਸੀ ਤੇ ਇਹ ਜਿਹੜਾ ਦੁਪੱਟਾ ਨਾ ਪਿਓਰ ਚਨੂਨ ਦਾ ਦੁਪੱਟਾ ਹੈ ਜੀ ਤੁਸੀਂ ਇਹਨੂੰ ਸੈਮੀ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਆਪਣੀ ਵਿਸ਼ ਆ ਤੁਸੀਂ ਜਿਹੜਾ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਪਰ ਇਹ ਦੁਪੱਟਾ ਪਿਓਰ ਚਨੂਨ ਦੇ ਉੱਤੇ ਬਣਿਆ ਹੋਇਆ ਤੇ ਜਿਹੜੀ ਇਹਦੀ ਅਸੀਂ ਫਿਨਿਸ਼ਿੰਗ ਦਿੱਤੀ ਹੈ ਸਲਵਾਰ ਤਾਂ ਅਸੀਂ ਬਿਲਕੁਲ ਨਾਰਮਲ ਹੀ ਬਣਾਈ ਆ ਜਿਵੇਂ ਨਾਰਮਲ ਆਪਣਾ ਕਲਰ ਹੁੰਦਾ ਹੈ ਨਾ ਨਾਰਮਲ ਬਣਾਇਆ ਆ ਤੇ
ਤੁਸੀਂ ਇਦਾਂ ਨਾ ਆਪਣੇ ਕਾਟਨ ਦੇ ਉੱਤੇ ਵੀ ਬਣਵਾ ਸਕਦੇ ਹੋ, ਜਿਵੇਂ ਆਪਾਂ ਇਹ ਵੀ ਤਾਂ ਕਾਟਨ ਹੀ ਆ, ਮਸਲੀਨ ਕਾਟਨ ਆ, ਜਿਵੇਂ ਆਪਾਂ ਨੋਰਮਲ ਦੂਸਰੀ ਕਾਟਨ ਲੈਣੀ ਹੋਵੇ ਜਾਂ ਕੋਈ ਵੀ ਪ੍ਰਿੰਟਡ ਜਿਵੇਂ ਸਟੱਫ ਲੈਣਾ ਹੋਵੇ ਉਹਦੇ 'ਤੇ ਤੁਸੀਂ ਆਹ ਜਿਹੜਾ ਅਸੀਂ ਨੈੱਕ 'ਤੇ ਇੱਥੇ ਡਿਜ਼ਾਇਨ ਕੀਤਾ ਤੁਸੀਂ ਪਲੇਨ ਲੈ ਕੇ ਕਰ ਸਕਦੇ ਹੋ ਜੇ ਤੁਹਾਡਾ ਪ੍ਰਿੰਟਡ ਹੈ। ਜੇ ਤੁਹਾਡਾ ਵਾਈਟ ਆ ਮੀਨਸ ਕੋਈ ਹੋਰ ਆ ਮੀਨਸ ਪ੍ਰਿੰਟਡ ਨਹੀਂ ਹੈਗਾ, ਜਿਵੇਂ ਇਹ ਪਲੇਨ ਆ, ਤਾਂ ਤੁਸੀਂ ਇਸ ਪ੍ਰਿੰਟਡ ਦਾ ਲਾਈਕ ਲੈ ਕੇ ਇਹਨੂੰ ਡਿਜ਼ਾਇਨ ਕਰ ਸਕਦੇ ਹੋ। ਆਹ ਦੇਖੋ ਨੈੱਕ ਦੇ ਵਿੱਚ ਅਸੀਂ ਛੋਟੇ ਛੋਟੇ ਪੋਰਟਲੀ ਬਟਨ ਲਗਾ ਕੇ ਨਾ ਇੱਦਾਂ ਗੋਲਡਨ ਆਸੇ ਪਾਸੇ ਕਰ ਦਿੱਤਾ ਹੈ, ਅਤੇ ਇਹਦੀ ਜਿਹੜੀ ਪੱਟੀ ਹੈ ਇਹ ਵੀ ਅਸੀਂ ਕਾਟਨ ਦੀ ਯੂਜ਼ ਕੀਤੀ ਹੈ। ਅਤੇ ਆਹ ਅਸੀਂ ਇੱਦਾਂ ਜ਼ਿਗਜ਼ੈਗ ਵਾਂਗੂ ਜਿਹੜੀ ਆਪਣੀ ਆਉਂਦੀ ਆ ਇਹ ਵਾਲੀ ਲੈਸ, ਸਮੋਸਾ ਕੱਟ ਲੈਸ, ਇਹਨੂੰ ਸਾਰੇ ਕੁਛ ਅਲੱਗ ਅਲੱਗ ਆਪਣਾ ਨਾਮ ਦਿੰਦੇ ਆ, ਸਮੋਸਾ ਕੱਟ ਵੀ ਇਹਨੂੰ ਕਹਿ ਦਿੰਦੇ ਆ। ਦੇਖੋ ਅਸੀਂ ਇੱਦਾਂ ਨੈੱਕ ਦੇ ਉੱਤੇ ਇਹਨੂੰ ਡਿਜ਼ਾਇਨ ਕਰ ਦਿੱਤਾ, ਸਿੰਪਲ ਐਂਡ ਸੋਬਰ ਆ। ਬਾਕੀ ਇੱਦਾਂ ਫਿਰ ਥੋੜ੍ਹਾ ਜਿਹਾ ਬੁਟੀਕ ਸਟਾਈਲ ਹੋ ਜਾਂਦਾ ਆ ਕਿ ਆਪਾਂ ਸਟਿਚਿੰਗ ਦੇ ਵਿੱਚ ਇਹਨੂੰ ਡਿਜ਼ਾਇਨ ਕਰਵਾ ਲਿਆ। ਅਤੇ ਇਹਦੀਆਂ ਜਿਹੜੀਆਂ ਪਲੇਟਸ ਅਸੀਂ ਨੀਚੇ ਪਵਾਈਆਂ ਨੇ, ਪਹਿਲਾਂ ਇਹਦੇ ਪਲੇਟਸ ਪਾਈਆਂ ਨੇ ਫਿਰ ਉੱਤੇ ਆ ਪੱਟੀ ਧਰੀ ਆ, ਕਿਉਂਕਿ ਨਹੀਂ ਤਾਂ ਫਿਰ ਪਲੇਟਸ ਜੇ ਪਾਉਂਦੇ ਤਾਂ ਡਿਜ਼ਾਇਨ ਖਰਾਬ ਹੋਣਾ ਸੀਗਾ। ਨੀਚੇ ਵੀ ਆ ਦੇਖੋ ਅਸੀਂ ਬਲੂ ਕਲਰ ਦੀ ਪੱਟੀ ਧਰੀ ਆ। ਹੁਣ ਤੁਹਾਨੂੰ ਪਤਾ ਲੱਗਣਾ ਹੈ ਕਿ ਦੁਪੱਟਾ ਅਸੀਂ ਇੱਦਾਂ ਦਾ ਕਾਹਤੇ ਬਣਾਇਆ। ਦੇਖੋ ਇਹਦੇ ਨਾਲ ਮੈਚ ਕੀਤਾ ਇਸ ਪੱਟੀ ਦੇ ਨਾਲ, ਅਤੇ ਜਿਹੜਾ ਗ੍ਰੀਨ ਕਲਰ ਕੀਤਾ ਇਹ ਸ਼ਰਟ ਦੇ ਨਾਲ ਮੈਚ ਕੀਤਾ ਆ, ਤਾਂ ਕਰਕੇ ਅਸੀਂ ਇਹਦੇ ਵਿੱਚ ਇੱਦਾਂ ਜਿਹੜਾ ਜਿਵੇਂ ਆਪਾਂ ਬੰਦੇ ਸਟਾਈਲ ਹੁੰਦਾ ਆ ਉਵੇਂ ਬਣਾਇਆ ਹੋਇਆ। ਤੁਸੀਂ ਇਹਨੂੰ ਪਲੇਨ ਦੇ ਉੱਤੇ ਜਿਵੇਂ ਮਰਜ਼ੀ ਬਣਾ ਸਕਦੇ ਹੋ। ਆ ਦੇਖੋ ਅਸੀਂ ਬਾਜੂ 'ਤੇ ਵੀ ਇੱਦਾਂ ਹੀ ਬਣਾਈ ਹੋਈ ਹੈ, ਇੱਕ ਪੱਟੀ ਆਹ ਲਗਾ ਤੀ, ਇੱਕ ਪੱਟੀ ਆਹ ਲਗਾ ਕੇ ਅਤੇ ਅਸੀਂ ਜ਼ਿਗਜ਼ੈਗ ਬਣਾ ਦਿੱਤਾ। ਤੁਸੀਂ ਇਹਨੂੰ ਜਿਵੇਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ। ਸਭ ਤੋਂ ਸੋਹਣੀ ਚੀਜ਼ ਮੈਨੂੰ ਇਹਦਾ ਨੈੱਕ ਲੱਗਿਆ, ਬਹੁਤ ਜ਼ਿਆਦਾ ਸੋਹਣਾ ਹੈ, ਜਿਹੜਾ ਨਿੱਕੇ ਨਿੱਕੇ ਪੋਰਟਲੀ ਬਟਨਸ ਦੇ ਨਾਲ ਇਹਦੇ ਆਸੇ ਪਾਸੇ ਗੋਲਡਨ ਟੱਚ ਦਿੱਤਾ ਹੋਇਆ ਨਾ, ਇਹ ਸਭ ਤੋਂ ਸੋਹਣਾ ਲੱਗ ਰਿਹਾ। ਜਿਵੇਂ ਤੁਸੀਂ ਵਾਈਟ ਦੇ ਉੱਤੇ ਬਣਵਾਉਣਾ ਚਾਹੁੰਦੇ ਹੋ ਬੇਬੀ ਪਿੰਕ, ਅਤੇ ਇਹਨਾਂ ਕਲਰਸ ਦੇ ਉੱਤੇ ਨਾ ਜਿਹੜਾ ਆਹ ਚੀਜ਼ ਆ ਬਹੁਤ ਸੋਹਣੀ ਲੱਗਦੀ ਹੈ ਲਾਈਟ ਦੇ ਉੱਤੇ, ਕਿਉਂਕਿ ਹੁਣ ਗਰਮੀਆਂ 'ਚ ਤਾਂ ਲਾਈਟ ਕਲਰ ਹੀ ਪੈਂਦੇ, ਜ਼ਿਆਦਾ ਡਾਰਕ ਪੈਂਦੇ ਨਹੀਂ ਹੈਗੇ, ਤਾਂ ਬਹੁਤ ਪ੍ਰਿਟੀ ਲੱਗਦਾ। ਆਹ ਦੇਖੋ ਬਹੁਤ ਸੋਹਣਾ ਲੱਗ ਰਿਹਾ। ਅਤੇ ਬਾਕੀ ਜਿਹੜੀ ਆ ਇਹਦੀ ਬੋਟਮ ਆ, ਬੋਟਮ ਦਾ ਅਤੇ ਇਹਦੀ ਸ਼ਰਟ ਦਾ, ਜਿਹੜਾ ਸ਼ਰਟ ਸੀਗਾ ਜੀ ਆਲਰੇਡੀ ਇਹਨਾਂ ਨੂੰ ਕਲਰਫੁੱਲ ਮਿਲੀ ਹੋਈ ਸੀ, ਸਾਡੇ ਕੋਲ ਆਈ ਹੋਈ ਸੀ, ਇਹਨੂੰ ਅਸੀਂ ਡਾਈ ਕਰਵਾਇਆ ਆ। ਮੀਨ ਜਿਹੜੀ ਇਹਦੀ ਬੋਟਮ ਹੈ ਇਹਨੂੰ ਅਸੀਂ ਆਪੇ ਡਾਈ ਕਰਵਾਇਆ ਮਸਲੀਨ ਲੈ ਕੇ, ਤਾਂ ਇਹ ਤੁਸੀਂ ਐਵੇਂ ਹੀ ਬਣਵਾ ਸਕਦੇ ਹੋ ਕਿਸੇ ਵੀ ਕੱਪੜੇ 'ਤੇ, ਕਿਸੇ ਵੀ ਲਾਈਕ ਤਰੀਕੇ ਨਾਲ ਤੁਸੀਂ ਡਿਜ਼ਾਇਨ ਕਰਵਾ ਸਕਦੇ ਹੋ ਜਿਵੇਂ ਇਹਨਾਂ ਨੇ ਆਪਣਾ ਨੈੱਕ ਬਣਾਇਆ ਆ, ਕਿਉਂਕਿ ਇਹ ਸਟਿਚਿੰਗ ਦਾ ਹੀ ਸਟਾਈਲ ਹੈ ਜੀ, ਇਹਦੇ ਵਿੱਚ ਕੋਈ ਵਰਕ ਵਗੈਰਾ ਨਹੀਂ ਹੋਇਆ ਹੋਇਆ। ਨੈਕਸਟ ਜਿਹੜਾ ਸੂਟ ਹੈ ਉਹ ਗ੍ਰੇ ਕਲਰ ਦੇ ਉੱਪਰ ਆ, ਅਤੇ ਹੈਂਡਵਰਕ ਸੂਟ ਹੈ ਜੀ, ਮਸ਼ੀਨ ਐਮਬਰਾਇਡਰੀ ਨਹੀਂ ਹੈਗੀ ਇਹਦੇ ਵਿੱਚ ਕੁਛ ਵੀ। ਫਸਟ ਆਫ ਆਲ ਤਾਂ ਮੈਂ ਇਹਦਾ ਦੁਪੱਟਾ ਦਿਖਾ ਦਿੰਦੀ ਹਾਂ, ਦੁਪੱਟਾ ਔਰਗੈਂਜ਼ਾ ਦੇ ਉੱਤੇ ਆ, ਅਤੇ ਆਹ ਦੇਖੋ ਸਿੰਪਲ ਅਸੀਂ ਇੱਦਾਂ ਕੱਟ ਵਰਕ ਕੀਤਾ ਹੋਇਆ, ਜਿੱਦਾਂ ਇਹਦੀ ਸਲਵਾਰ 'ਤੇ ਹੋਇਆ ਹੋਇਆ ਨਾ, ਜਦੋਂ ਮੈਂ ਸਲਵਾਰ ਸ਼ੋਅ ਕਰੂੰਗੀ ਫਿਰ ਤੁਹਾਨੂੰ ਪਤਾ ਲੱਗਣਾ। ਆਹ ਦੇਖੋ ਇੱਦਾਂ ਸਿੰਪਲ ਇਹਦਾ ਕੱਟ ਵਰਕ ਕਰਕੇ ਨਾ ਚਾਰੇ ਪਾਸੇ, ਤਾਂ ਬਹੁਤ ਸੋਹਣਾ ਲੱਗਦਾ, ਸਿੰਪਲ ਐਂਡ ਸੋਬਰ ਦੁਪੱਟਾ ਐਂਡ ਗ੍ਰੇ ਕਲਰ ਦਾ ਇਹ। ਆਹ ਦੇਖੋ ਇਸੇ ਇੱਦਾਂ ਦੁਪੱਟਾ ਉਹਨਾਂ ਨੇ ਰਖਵਾਇਆ। ਬਾਕੀ ਦੁਪੱਟਾ ਨਾ ਸਿੰਪਲ ਰੱਖਣ ਦਾ ਵੀ ਇੱਕ ਰੀਜ਼ਨ ਹੁੰਦਾ ਵੀ ਜਦੋਂ ਆਪਣੀ ਸ਼ਰਟ ਬਹੁਤ ਹੈਵੀ ਹੋਵੇ, ਕਈਆਂ ਦਾ ਤਾਂ ਸ਼ੌਂਕ ਹੁੰਦਾ ਜੀ ਸਾਰਾ ਸੂਟ ਹੀ ਹੈਵੀ ਕਰਵਾਉਣਾ, ਦੁਪੱਟਾ ਵੀ ਸ਼ਰਟ ਵੀ ਸਾਰਾ ਕੁਛ, ਕਈਆਂ ਨੂੰ ਇੱਦਾਂ ਲੱਗਦਾ ਵੀ ਸਾਡੀ ਜਿਹੜੀ ਸ਼ਰਟ ਹੈ ਆਲਰੇਡੀ ਬਹੁਤ ਹੈਵੀ ਆ, ਤਾਂ ਅਸੀਂ ਇਹਨੂੰ ਸਿੰਪਲ ਰੱਖ ਸਕਦੇ ਹਾਂ, ਤਾਂ ਕਰਕੇ ਅਸੀਂ ਇਹਨੂੰ ਜਿਹੜਾ ਦੁਪੱਟੇ ਨੂੰ ਸਾਈਡਾਂ ਤੋਂ ਕੱਟ ਵਰਕ ਹੀ ਕੀਤਾ ਹੋਇਆ ਆ, ਅਤੇ ਜਿਹੜੀ ਇਹਦੀ ਸ਼ਰਟ ਬਣਾਈ ਹੋਈ ਆ, ਆਹ ਦੇਖੋ ਸ਼ਰਟ ਅਸੀਂ ਸਾਰੀ ਇਹਦੀ ਸ਼ਰਟ 'ਤੇ ਵਰਕ ਹੋਇਆ ਹੋਇਆ, ਆਹ ਦੇਖੋ ਸਾਰੀ ਸ਼ਰਟ 'ਤੇ ਇੱਦਾਂ ਵਰਕ ਹੋਇਆ ਹੋਇਆ। ਇਹਦੇ ਵਿੱਚ ਜਿਹੜਾ ਅਸੀਂ ਸ਼ੇਡ ਪਾਇਆ ਹੋਇਆ ਨਾ, ਪੀਕੌਕ ਸ਼ੇਡ ਅਤੇ ਮਹਿਰੂਨ ਸ਼ੇਡ ਪਾਇਆ ਹੋਇਆ ਆ, ਆਹ ਦੇਖੋ, ਅਤੇ ਸਾਰਾ ਹੈਂਡ ਵਰਕ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਲੱਗਦਾ। ਵੈਸੇ ਤਾਂ ਗ੍ਰੇ ਕਲਰ ਹੈ, ਵੈਸੇ ਲਾਈਟ ਕਲਰ ਹੈ ਨਾ, ਉਹਦੇ ਉੱਤੇ ਗੋਲਡਨ ਵਰਕ ਵੈਸੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ, ਅਤੇ ਇਹਦੇ ਨੈੱਕ 'ਤੇ ਵੀ ਸਾਰਾ ਵਰਕ ਹੋਇਆ ਹੋਇਆ, ਅਤੇ ਸਾਰਾ ਹੈਂਡ ਵਰਕ ਹੈ ਇਹਦੇ ਵਿੱਚ, ਦਬਕਾ ਵਗੈਰਾ, ਥਰੈਡ ਵਗੈਰਾ ਹੈ ਨਾ, ਅਤੇ ਸਿੱਪੀਆਂ ਵਗੈਰਾ ਸਾਰਾ ਕੁਛ ਯੂਜ਼ ਹੋਇਆ ਹੋਇਆ, ਪਰਲਸ ਵਗੈਰਾ ਵੀ, ਅਤੇ ਜਿਹੜੀ ਇਹਦੀ ਬਾਜੂ, ਇਹਦੀ ਬਾਜੂ ਇੱਦਾਂ ਡਿਜ਼ਾਇਨ ਹੋਈ ਹੋਈ ਆ। ਆਹ ਦੇਖੋ ਬਾਜੂ ਨੂੰ ਅਸੀਂ ਇੱਦਾਂ, ਇੱਕ ਤਾਂ ਸੀਕੁਐਂਸ ਟੇਢੀ ਲਾਈਨ ਦੇ ਨਾਲ ਜਾਂਦਾ, ਇੱਕ ਵੇਲ ਉਹੀ ਜਾਂਦੀ ਆ ਜਿਹੜੀ ਵੇਲ ਉਹਦੇ ਉੱਥੇ ਘੇਰੇ 'ਤੇ ਪਈ ਹੋਈ ਆ। ਤੁਸੀਂ ਵੀ ਇਹਨੂੰ ਐਜ਼ ਇਟ ਇਜ਼ ਡਿਜ਼ਾਇਨ ਕਰਵਾ ਸਕਦੇ ਹੋ, ਜਾਂ ਇਕੱਲੀਆਂ ਬਾਹਾਂ ਬਣਵਾ ਕੇ ਨੈੱਕ ਬਣਵਾ ਸਕਦੇ ਹੋ, ਆਹ ਸਾਰੀ ਚੀਜ਼ ਨੂੰ ਸਕਿੱਪ ਕਰ ਸਕਦੇ ਹੋ, ਬਟ ਜਿੱਦਾਂ ਦਾ ਉਹਨਾਂ ਦਾ ਡਿਜ਼ਾਇਨ ਆਇਆ ਸੀ ਅਸੀਂ ਉਸੇ ਡਿਜ਼ਾਇਨ ਨੂੰ ਹੀ ਉੱਦਾਂ ਸੇਮ ਹੀ ਬਣਾਇਆ ਆ। ਤੁਸੀਂ ਵੀ ਇਸ ਚੀਜ਼ ਨੂੰ ਬਣਵਾ ਸਕਦੇ ਹੋ, ਸੇਮ ਕਲਰ 'ਤੇ ਬਣਵਾ ਸਕਦੇ ਹੋ, ਡਿਫਰੈਂਟ ਕਲਰ 'ਤੇ ਬਣਵਾ ਸਕਦੇ ਹੋ, ਜਿੱਦਾਂ ਮਰਜ਼ੀ ਬਣਵਾ ਸਕਦੇ ਹੋ ਇਹਨੂੰ। ਜੇ ਥੋੜ੍ਹਾ ਜਿਹਾ ਇਹਨੂੰ ਲਾਈਟ ਕਰਨਾ ਜੀ ਨੈੱਕ ਅਤੇ ਬਾਜੂ ਬਣਾ ਕੇ ਇਹਨੂੰ ਛੱਡ ਸਕਦੇ ਹੋ, ਦੁਪੱਟਾ ਥੋੜ੍ਹਾ ਜਿਹਾ ਹੈਵੀ ਕਰ ਲਓ, ਜੇ ਘੇਰਾ ਵਗੈਰਾ ਵੀ ਨਹੀਂ ਬਣਾਉਣਾ ਅਤੇ ਸ਼ਰਟ ਦੀ ਸੈਂਟਰ ਵੀ ਨਹੀਂ ਬਣਾਉਣਾ, ਉਵੇਂ ਵੀ ਕਰ ਸਕਦੇ ਹੋ ਤੁਸੀਂ। ਅਤੇ ਜਿਹੜੀ ਇਹਦੀ ਸਲਵਾਰ ਆ ਦੇਖੋ, ਇਹਦੀ ਬੋਟਮ 'ਤੇ ਵੀ ਵਰਕ ਹੋਇਆ ਹੋਇਆ, ਆਹ ਦੇਖੋ ਬੋਟਮ 'ਤੇ ਵੀ ਇੰਨਾ ਇੰਨਾ ਨੀਚੇ ਵਰਕ ਆਇਆ ਹੋਇਆ, ਇਹ ਵੀ ਸੋਹਣਾ ਲੱਗਦਾ ਜੀ, ਕਿਉਂਕਿ ਅੱਜ ਕੱਲ੍ਹ ਵੈਸੇ ਹੀ ਰਿਵਾਜ਼ ਆ ਹੈ ਨਾ ਬੋਟਮ ਦੇ ਉੱਤੇ ਵਰਕ ਹੋਣਾ। ਅਸੀਂ ਇਹਨੂੰ ਕੱਟ ਨਹੀਂ ਕੀਤਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕੱਟ ਦੇ ਨਾਲ ਨਾ ਥੋੜ੍ਹਾ ਜਿਹਾ ਮੁੜਨਾ ਸਟਾਰਟ ਹੋ ਜਾਂਦਾ, ਇਸ ਕਰਕੇ ਅਸੀਂ ਇਹਨੂੰ ਸਲਵਾਰ ਦੀ ਸ਼ੇਪ ਦੀ ਇੱਦਾਂ ਹੀ ਰੱਖੀ ਹੈ ਵੀ ਇਹ ਥੋੜ੍ਹੀ ਖੜੀ ਖੜੀ ਵੀ ਰਹੇ, ਅਤੇ ਫਿਰ ਪੂਰਾ ਵਰਕ ਹੈ ਜਿਹੜਾ ਇਹਦਾ ਪੂਰਾ ਵਰਕ ਦਿਖਾਈ ਦੇਵੇ। ਅਤੇ ਜਿਹੜੇ ਆਹ ਕਲਰ ਇਹਦੇ ਵਿੱਚ ਦੋ ਪਏ ਹੋਏ ਨਾ, ਇਹ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਆ, ਮਹਿਰੂਨ ਅਤੇ ਜਿਹੜਾ ਆਹ ਪੀਕੌਕ ਸ਼ੇਡ
ਤੁਸੀਂ ਇਹਨੂੰ ਜੋਰਜ ਆਰਟ ਤੇ ਵੀ ਬਣਵਾ ਸਕਦੇ ਹੋ, ਜਿਸ ਤੇ ਵੀ ਬਣਵਾ ਸਕਦੇ ਹੋ, ਜਿਹਦੇ ਵਿੱਚ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਤੁਸੀਂ ਇਹਨੂੰ ਉਹਦੇ ਉੱਤੇ ਡਿਜ਼ਾਈਨ ਕਰ ਸਕਦੇ ਹੋ। ਤੇ ਪਲੀਜ਼ ਇਹਦਾ ਜਿਹੜਾ ਹੈ ਸਕਰੀਨਸ਼ਾਟ ਕਰਕੇ ਤੁਸੀਂ ਇਹਦੀ ਪ੍ਰਾਈਸ ਵੀ ਜਾਣ ਸਕਦੇ ਹੋ। ਤੇ ਜੇ ਡਿਜ਼ਾਈਨ ਤੁਹਾਨੂੰ ਪਰਸਨਲੀ ਚਾਹੀਦਾ ਤਾਂ ਅਸੀਂ ਤੁਹਾਨੂੰ ਫੋਟੋ ਕਲਿੱਕ ਕਰਕੇ ਪਰਸਨਲੀ ਵੀ ਵਟਸਐਪ ਕਰ ਸਕਦੇ ਹਾਂ। ਆਹ ਦੋ ਸੂਟ ਸੀ ਜੀ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ, ਬਾਕੀ ਇੱਕ ਜਿਹੜਾ ਸਿੰਪਲ ਆ ਉਹ ਤਾਂ ਸ਼ਰਟ ਆ। ਉਹਦੇ ਨਾਲ ਤੁਸੀਂ ਹੋਰ ਵੀ ਇੱਕ ਕ੍ਰੀਏਟੀਵਿਟੀ ਕਰ ਸਕਦੇ ਹੋ, ਜਿੱਦਾਂ ਉਹਦੀਆਂ ਬਾਜੂ ਨੇ ਨਾ, ਬਾਜੂ ਲਖਨਾਵੀ ਨਾਲ ਯੂਜ਼ ਕਰਿਓ। ਮੀਨ ਜਿਵੇਂ ਤੁਸੀਂ ਸਿੰਪਲ ਜੋਰਜਟ ਦਾ ਜਿਹੜਾ ਸਲਵਾਰ ਦਾ ਕੱਪੜਾ ਲਓਗੇ, ਥੋੜ੍ਹਾ ਜਿਹਾ ਜ਼ਿਆਦਾ ਲੈ ਕੇ ਉਹਦੀਆਂ ਬਾਜੂ ਜਿਹੜੀਆਂ ਆ ਵਿਦਾਊਟ ਲਾਈਨਿੰਗ ਤੋਂ ਬਣਾਇਓ, ਕਿਉਂਕਿ ਜੋਰਜਟ ਨਾ ਥੋੜ੍ਹੀ ਜਿਹੀ ਵਿਦਾਊਟ ਲਾਈਨਿੰਗ ਤੋਂ ਬਹੁਤ ਸੋਹਣੀ ਲੱਗਦੀ ਹੈ। ਅਤੇ ਉਹਦੇ ਮੂਹਰੇ ਮੂਹਰੇ ਉਹਦੀ ਪੱਟੀ ਲਗਵਾ ਲਿਓ ਜਿਵੇਂ ਤੁਸੀਂ ਦੁਪੱਟੇ 'ਤੇ ਲਗਾਉਣਾ ਚਾਹੁੰਦੇ ਹੋ। ਇੱਦਾਂ ਸੋਹਣਾ ਵੀ ਬਹੁਤ ਲੱਗੂਗਾ ਅਤੇ ਵੈਸੇ ਵੀ ਪ੍ਰਿਟੀ ਬਣੂਗਾ ਬਹੁਤ ਜ਼ਿਆਦਾ, ਬਿਕੋਜ਼ ਇੱਦਾਂ ਆ ਕਿ ਉਹ ਥੋੜ੍ਹਾ ਜਿਹਾ ਬੁਟੀਕ ਸਟਾਈਲ ਹੋ ਜੂਗਾ। ਇੱਦਾਂ ਨਹੀਂ ਲੱਗੂਗਾ ਕਿ ਆਪਾਂ ਸ਼ੋਪ ਤੋਂ ਚੱਕਿਆ ਅਤੇ ਉਹਨੂੰ ਡਾਈ ਕਰਵਾਇਆ ਅਤੇ ਬਣਾ ਲਿਆ। ਤੁਸੀਂ ਉਹਨੂੰ ਉੱਦਾਂ ਵੀ ਕਰ ਸਕਦੇ ਹੋ। ਜਿਹੜਾ ਗ੍ਰੇ ਸੂਟ ਹੈ ਜੀ, ਤੁਸੀਂ ਉਹਨੂੰ ਜਿਵੇਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ, ਜਿਵੇਂ ਮਰਜ਼ੀ ਉਹਦੇ 'ਚੋਂ ਕਟਵਾ ਸਕਦੇ ਹੋ। ਤੁਹਾਨੂੰ ਇੰਨਾ ਡਿਜ਼ਾਈਨ ਨਹੀਂ ਪਸੰਦ ਤਾਂ ਸਿਰਫ ਬਾਜੂ 'ਤੇ ਤੁਸੀਂ ਜਿਹੜਾ ਨੈੱਕ ਬਣਿਆ ਹੋਇਆ ਅਤੇ ਸਲਵਾਰ ਬਣੀ ਹੋਈ ਉੱਦਾਂ ਬਣਾ ਕੇ ਦੁਪੱਟੇ ਨੂੰ ਥੋੜ੍ਹਾ ਜਿਹਾ ਹੈਵੀ ਕਰਵਾ ਸਕਦੇ ਹੋ, ਜਿਵੇਂ ਤੁਹਾਡੀ ਵਿਸ਼ ਹੈ ਜੀ ਉਵੇਂ ਕਰਵਾ ਸਕਦੇ ਹੋ। ਤਾਂ ਪਲੀਜ਼ ਜਿਹੜਾ ਵੀ ਤੁਹਾਨੂੰ ਕੋਈ ਚੀਜ਼ ਜਾਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਆ, ਤੁਸੀਂ ਸਕਰੀਨਸ਼ਾਟ ਕਰਕੇ ਸਾਡੇ ਵਟਸਐਪ 'ਤੇ ਜ਼ਰੂਰ ਭੇਜ ਦਿਆ ਕਰੋ। ਸਾਨੂੰ ਉਹਦੇ ਨਾਲ ਪਤਾ ਲੱਗ ਜਾਂਦਾ ਆ, ਇੱਦਾਂ ਸਾਨੂੰ ਆਈਡੀਆ ਨਹੀਂ ਰਹਿੰਦਾ, ਕਿਉਂਕਿ ਵੀਡੀਓਜ਼ ਦੇ ਵਿੱਚ ਇੱਦਾਂ ਸਾਨੂੰ ਆਪ ਨੂੰ ਯਾਦ ਨਹੀਂ ਰਹਿੰਦਾ ਵੀ ਕੀ ਸ਼ੋਅ ਕੀਤਾ ਸੀ। ਤਾਂ ਪਲੀਜ਼ ਜਿਹੜਾ ਮੇਰਾ ਨੰਬਰ ਆ ਹਮੇਸ਼ਾ ਸਕਰੀਨ ਦੇ ਉੱਤੇ ਪਿੰਨ ਹੋਇਆ ਹੁੰਦਾ ਆ, ਤੁਸੀਂ ਉੱਥੋਂ ਪਿੱਕ ਕਰ ਸਕਦੇ ਹੋ ਅਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਕਈ ਵਾਰੀ ਇੱਦਾਂ ਹੁੰਦਾ ਜੀ, ਮੈਨੂੰ ਕਈ ਵਾਰੀ ਮੈਸੇਜ ਆਉਂਦੇ ਆ ਵੀ ਤੁਸੀਂ ਰਿਪਲਾਈ ਥੋੜ੍ਹਾ ਜਿਹਾ ਲੇਟ ਦਿੰਦੇ ਹੋ ਜਾਂ ਕਮੈਂਟ ਵੀ ਆਉਂਦੇ ਆ, ਤਾਂ ਪਲੀਜ਼ ਉਹਦੇ ਲਈ ਸੌਰੀ, ਹੈ ਨਾ, ਸੌਰੀ ਫੋਰ ਇਨਕਨਵੀਨੀਅੰਸ। ਬਟ ਆਲਵੇਜ਼ ਇੱਦਾਂ ਨਹੀਂ ਹੁੰਦਾ ਜੀ ਕਿ ਅਸੀਂ ਲੇਟ ਰਿਪਲਾਈ ਕਰੀਏ, ਸਮਟਾਈਮਸ ਇੱਦਾਂ ਹੁੰਦਾ ਮੈਸੇਜ ਬਹੁਤ ਜ਼ਿਆਦਾ ਹੋ ਜਾਂਦੇ ਆ, ਅਸੀਂ ਰਿਪਲਾਈ ਦੇਣ ਦੀ ਪੂਰੀ ਟਰਾਈ ਕਰਦੇ ਹਾਂ ਵੀ ਸਾਰਿਆਂ ਨੂੰ ਰਿਪਲਾਈ ਦਿੱਤਾ ਜਾਵੇ। ਕਈ ਵਾਰੀ ਲੇਟ ਹੋ ਸਕਦਾ ਇੱਕ ਦੋ ਦਿਨ, ਇੱਦਾਂ ਨਹੀਂ ਹੋ ਸਕਦਾ ਵੀ ਅਸੀਂ ਤੁਹਾਡੇ ਨਾਲ ਟੱਚ 'ਚ ਹੀ ਨਾ ਰਹੀਏ। ਹਾਂ, ਜ਼ਰੂਰ ਲੇਟ ਕਰ ਸਕਦੇ ਹਾਂ ਜਾਂ ਕਾਲ ਨਹੀਂ ਅਸੀਂ ਪਿੱਕ ਕਰ ਰਹੇ। ਕਾਲ ਦਾ ਇੱਦਾਂ ਹੁੰਦਾ ਜੀ, ਕਾਲ ਥੋੜ੍ਹੀ ਜਿਹੀ ਸਾਨੂੰ ਹੁਣ ਮੁਸ਼ਕਿਲ ਲੱਗਦੀ ਹੈ। ਜਦੋਂ ਫਸਟ ਟਾਈਮ ਜ਼ਰੂਰ ਤੁਸੀਂ ਆਰਡਰ ਦਿੰਦੇ ਹੋ ਉਦੋਂ ਅਸੀਂ ਜ਼ਰੂਰ ਤੁਹਾਡੀ ਗੱਲ ਸੁਣਦੇ ਹਾਂ, ਬਟ ਫਿਰ ਉਸ ਤੋਂ ਬਾਅਦ ਸਾਨੂੰ ਇਹ ਹੁੰਦਾ ਕਿ ਮੈਸੇਜ 'ਤੇ ਗੱਲ ਹੁੰਦੀ ਰਹੇ ਤਾਂ ਈਜ਼ੀ ਹੋ ਜਾਂਦਾ ਆ। ਤਾਂ ਕਰਕੇ ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ। ਕਈ ਵਾਰੀ ਸਾਨੂੰ ਬਹੁਤ ਕਮੈਂਟ ਜਾਂ ਬਹੁਤ ਮੈਸੇਜ ਆ ਜਾਂਦੇ ਵੀ ਤੁਸੀਂ ਰਿਪਲਾਈ ਥੋੜ੍ਹਾ ਜਿਹਾ ਘੱਟ ਦਿੰਦੇ ਹੋ, ਇਸ ਕਰਕੇ ਲੇਟ ਹੋ ਜਾਂਦਾ ਜੀ। ਸੌਰੀ, ਤੁਸੀਂ ਇਸ ਚੀਜ਼ ਨੂੰ ਪਲੀਜ਼ ਜ਼ਰੂਰ, ਮੈਨੂੰ ਪਤਾ, ਕੋਆਪਰੇਟ ਕਰੋਗੇ। ਤਾਂ ਬਾਕੀ ਜਿੱਦਾਂ ਵੀ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ, ਕੋਈ ਵੀ ਤੁਹਾਡਾ ਆਪਣਾ ਵੀ ਡਿਜ਼ਾਈਨ ਹੈ, ਤੁਸੀਂ ਸਾਨੂੰ ਭੇਜ ਸਕਦੇ ਹੋ ਅਤੇ ਬਣਵਾ ਸਕਦੇ ਹੋ। ਥੈਂਕ ਯੂ ਜੀ ਉਹਨਾਂ ਦਾ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ। ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਐਂਡ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗ ਰਹੀਆਂ ਨੇ। ਸਤਿ ਸ਼੍ਰੀ ਅਕਾਲ।